ਦੇਸ਼ ਨੂੰ ਸਵੈਤੰਤਰ ਰੱਖਣ ਤੇ ਆਜ਼ਾਦੀ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਜਸ਼ਨਾਂ ਤਹਿਤ ਫਰੀਦਕੋਟ ਚ ਫਿਟ ਇੰਡੀਆ ਫਰੀडम ਰਨ ਦਾ ਆਯੋਜਨ ਕੀਤਾ ਗਿਆ। ਮੁੱਖ ਮੰਤਰੀ ਕੈਪਟਨ ਨਮਰਿੰਦਰ ਸਿੰਘ ਦੇ ਡੀ ਓ ਐਸ ਡੀ ਸਨੀ ਬਰਾੜ ਨੇ ਨੈਰੋ ਸਟੇਡੀਅਮ ਤੋਂ ਦੌੜ ਨੂੰ ਹਰੀ ਝੰਡੀ ਦਿਖਾਈ ਤੇ ਇਹ ਦੌੜ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਹੁੰਦੀ ਹੋਈ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਪਹੁੰਚ ਕੇ ਸਮਾਪਤ ਹੋਈ ਇਸ ਦੌੜ 'ਚ ਖੇਡ ਵਿੰਗ ਦੇ ਲੜਕੇ ਤੇ ਲੜਕੀਆਂ ਨੇ ਭਾਗ ਲਿਆ ਮੁੱਖ ਮੰਤਰੀ ਦੇ ਓ ਐਸ ਡੀ ਸਨੀ ਬਰਾੜ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੇ ਫਿਟ ਇੰਡੀਆ ਪ੍ਰੋਗਰਾਮ ਤਹਿਤ ਕਰਵਾਏ ਗਏ ਇਸ ਦੌੜ 'ਚ ਭਾਗ ਲੈਣ ਲਈ ਨੌਜਵਾਨਾਂ 'ਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ ਤੇ ਸਰੀਰਕ ਤੰਦਰੁਸਤੀ ਲਈ ਸਾਰਿਆਂ ਨੂੰ ਖੇਡਾਂ 'ਤੇ ਧਿਆਨ ਦੇਣਾ ਚ ਨਹਿਰੂ ਯੋਵਾ ਕੇਂਦਰ ਦੇ ਸੰਚਾਲਕ ਤੇ ਜ਼ਿਲ੍ਹਾ ਯੂਥ ਅਫਸਰ ਲਖਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਭਾਰਤ ਸਰਕਾਰ ਦੀ ਫਿਟ ਇੰਡੀਆ ਮੁਹਿੰਮ ਤੇ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਤਹਿਤ ਨਾਗਰਿਕਾਂ ਨੂੰ ਤੰਦਰੁਸਤੀ ਦਾ ਸੁਨੇਹਾ ਦੇਣ ਲਈ ਫਿਟ ਇੰਡੀਆ ਦੌੜਾਂ ਕਰਵਾਈਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ 75 ਪਿੰਡਾਂ ਵਿੱਚ ਵੀ ਫਿਟ ਇੰਡੀਆ ਦੌੜ ਕਰਵਾਈ ਜਾ ਰਹੀ ਹੈ ਬਹੁਤ ਹੀ ਚੰਗਾ ਲੱਗਿਆ ਜੋ ਭਾਰਤ ਸਰਕਾਰ ਨੇ ਫਿਟ ਇੰਡੀਆ ਪ੍ਰੋਗਰਾਮ ਦਿੱਤਾ ਹੈ ਇਹਦੇ ਵਿੱਚ ਬੱਚਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਸਪੋਰਟਸ ਨੂੰ ਲੈ ਕੇ ਐਕਸਰਸਾਈਜ਼ ਨੂੰ ਲੈ ਕੇ ਇੱਕ ਬਹੁਤ ਵਧੀਆ ਜੋਸ਼ ਅੱਜ ਵੇਖਣ ਨੂੰ ਮਿਲਿਆ ਹੈ ਮੈਂ ਧੰਨਵਾਦੀ ਹਾਂ ਸਾਡੇ ਯੂਥ ਕੋਆਰਡੀਨੇਟਰ ਟਿਲੋ ਸਾਹਿਬ ਦਾ ਪੁੱਲਰ ਸਾਹਿਬ ਦਾ ਨਹਿਰੀ ਯੂਵਾ ਕੇਂਦਰ ਦਾ ਜਿਨ੍ਹਾਂ ਨੇ ਆਹ ਬਹੁਤ ਸੋਹਣੇ ਢੰਗ ਨਾਲ ਬੱਚਿਆਂ ਨੂੰ ਤੇ ਸਾਰਿਆਂ ਨੂੰ ਸਰੀਰਕ ਫਿਟਨੈਸ ਵਾਸਤੇ ਅੱਜ ਸਾਰਿਆਂ ਨੂੰ ਪ੍ਰੇਰਿਤ ਕੀਤਾ ਤੇ ਭਾਰਤ ਸਰਕਾਰ ਦਾ ਜੋ ਅੱਜ ਫਿਟਨੈਸ ਪ੍ਰੋਗਰਾਮ ਫਿਟ ਇੰਡੀਆ ਪ੍ਰੋਗਰਾਮ ਹੈ ਇਹਨਾਂ ਸਾਰ ਨੂੰ ਵਧਾਈ ਦਿੰਦਾ ਪ੍ਰਮਾਤਮਾ ਮੂਰੇ ਆਹੀ ਅਰਦਾਸ ਕਰਦਾ ਹਾਂ ਹਿੰਦੁਸਤਾਨ ਦੇ ਸਾਰੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਤਾਂ ਕਿ ਇਸ ਐਕਸਰਸਾਈਜ਼ ਦੇ ਨਾਲ ਅਸੀਂ ਆਪਦਾ ਜੀਵਨ ਸੋਹਣਾ ਬਿਤਾ ਸਕੀਏ

2.0 करवाई जाएगी जिसके अंदर लोगों को स्वास्थ्य के प्रति जागरूक रहने का मैसेज दिया जाएगा धन्यवाद